ਵਾਹਿਗੁਰੂ ਫਤਿਹ। ਪਿਆਰੀ ਸਾਹ ਸੰਗਤ ਜੀ, ਅਸੀਂ ਰੋੜਾਂ ਵਾਲੀ ਤਾਂ ਬੋਲ ਰਹੇ ਹਾਂ, ਸਾਡੇ ਘਰ ਸਮਾਗਮ ਸੀ, ਪ੍ਰੋਗਰਾਮ ਸੀ, ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਹਾਂ, ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਦੇ। ਅੱਜ ਸਾਡਾ ਬਾਬੇ ਵਡਭਾਗ ਸਾਹਿਬ ਜਨਮ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੇ ਨੂੰ ਕਈਆਂ ਲਾਗੇ ਪੈਣ ਦੇ। ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ, ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਦਰਅਸਲ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ, ਜਿੱਥੇ ਪਿੰਡ ਰੋੜਾ ਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਦਲਿਤ ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ। ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਸੀ, ਗੁਰੂ ਘਰ ਦੇ ਵਿੱਚ ਉਹ ਪਾਵਨ ਸਰੂਪ ਲੈਣ ਪਹੁੰਚੇ, ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਗਏ, ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤੀਰਾਂ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀਆਂ। ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ, ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ। ਹਾਲਾਂਕਿ ਦਲਿਤ ਸਮਾਜ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਣ ਪਹੁੰਚੇ ਸਨ ਗੁਰੂ ਘਰ ਦੇ ਵਿੱਚ, ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ। ਇਹਨਾਂ ਨੇ ਅਖੰਡ ਪਾਠ ਸਾਹਿਬ ਰਖਵਾਉਣਾ ਸੀ, ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਭਖਦਾ ਨਜ਼ਰ ਆਇਆ। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਰੋੜਾ ਵਾਲੀ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ। ਵਾਹਿਗੁਰੂ ਫਤਿਹ। ਪਿਆਰੀ ਸਾਹ ਸੰਗਤ ਜੀ, ਅਸੀਂ ਰੋੜਾਂ ਵਾਲੀ ਤਾਂ ਬੋਲ ਰਹੇ ਹਾਂ, ਸਾਡੇ ਘਰ ਸਮਾਗਮ ਸੀ, ਪ੍ਰੋਗਰਾਮ ਸੀ, ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਹਾਂ, ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਦੇ। ਅੱਜ ਸਾਡਾ ਬਾਬੇ ਵਡਭਾਗ ਸਾਹਿਬ ਜਨਮ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੇ ਨੂੰ ਕਈਆਂ ਲਾਗੇ ਪੈਣ ਦੇ ਆ।